ਪੰਜਾਬੀ ਨਿਊਜ਼ ਟੂਡੇ ਚੈਨਲ ਨਾਲ ਜੁੜੇ ਰਹੋ ਅੱਜ ਇੱਕ ਨਵਾਂ ਅਪਡੇਟ ਤੁਹਾਡੇ ਤੱਕ ਲੈ ਕੇ ਪਹੁੰਚੇ ਹਾਂ ਪਰਲ ਕੰਪਨੀ ਤੇ ਭਗਵੰਤ ਮਾਨ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਹੈ ਬਾਦਲਾਂ ਦੇ ਸੁੱਕੇ ਨੇ ਸਾਹ ਖੁੱਲ ਗਏ ਨੇ ਵੱਡੇ ਰਾਜ ਦਰਸਲ ਬਾਦਲਾਂ ਵੇਲੇ ਦੀ ਚੱਲ ਰਹੀ ਪਰਲ ਕੰਪਨੀ ਦੇ ਵਿੱਚ ਵੱਡਾ ਜਿਹੜਾ ਐਕਸ਼ਨ ਲਿਆ ਜਾ ਰਿਹਾ ਹੈ ਭਗਵੰਤ ਮਾਨ ਦੇ ਵੱਲੋਂ ਜਿਨ੍ਹਾਂ ਨੇ ਪਰਲ ਦੇ ਵਿੱਚ ਪੈਸੇ ਇਨਵੈਸਟ ਕੀਤੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਵਾਪਸ ਕੀਤੀਆਂ ਜਾਣਗੀਆਂ ਜਿਨ੍ਹਾਂ ਨੇ ਪਰਲ ਦੇ ਵਿੱਚ ਪੈਸੇ ਲਾਏ ਸੀ ਉਹਨਾਂ ਦੀ ਪੂਰੀ ਰਕਮ ਜਿਹੜੀ ਹੈ ਵਾਪਸ ਕਰਾਏਗੀ ਭਗਵੰਤ ਮਾਨ ਸਰਕਾਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਸੋ ਵੱਡੀ ਅਪਡੇਟ ਇਸ ਵੇਲੇ ਦੀ ਜੁੜਦੀ ਹੈ ਸੋ ਸਾਰੇ ਜਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਇੱਕ ਨਵਾਂ ਅਪਡੇਟ ਤੁਹਾਡੇ ਤੱਕ ਲੈ ਕੇ ਪਹੁੰਚ ਰਹੇ ਹਾਂ ਸੀਐਮ ਭਗਵੰਤ ਮਾਨ ਲਗਾਤਾਰ ਚਰਚਾ ਦਾ ਵਿਸ਼ਾ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਪਰਲ ਗਰੁੱਪ ਨੂੰ ਹੱਥ ਪਾਉਣ ਦੇ ਰੌ ਵਿੱਚ ਨਜ਼ਰ ਆ ਰਹੇ ਨੇ ਪੀੜਤ ਜਿਹੜੇ ਬੰਦੇ ਨੇ ਉਹਨਾਂ ਦਾ ਡੁੱਬਿਆ ਹੋਇਆ ਪੈਸਾ ਜਿਹੜਾ ਵਾਪਸ ਕਰਵਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਵੱਡੀ ਰਾਹਤ ਜਿਹੜੀ ਹੈ ਸਰਕਾਰ ਵੱਲੋਂ ਮਿਲਦੀ ਨਜ਼ਰ ਆ ਰਹੀ ਹੈ ਸਰਕਾਰ ਨੇ ਪੀੜਤਾਂ ਨੂੰ ਰਾਹਤ ਦੇਣ ਦੇ ਲਈ ਰਾਹ ਜਿਹੜੇ ਨੇ ਕੱਢਣੇ ਸ਼ੁਰੂ ਕਰ ਦਿੱਤੇ ਨੇ ਤੁਹਾਨੂੰ ਦੱਸ ਦਈਏ ਜਿਨ੍ਹਾਂ ਨਾਲ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੁਣ ਦਿਸਦਾ ਨਜ਼ਰ ਆਏਗਾ ਵੱਡੀ ਜਿਹੜੀ ਹੈ ਪ੍ਰਾਪਰਟੀ ਪਰਲ ਕੰਪਨੀ ਦੀ ਸਨਾਖਤਾ ਜਿਹੜੀਆਂ ਹੋ ਚੁੱਕੀਆਂ ਨੇ ਵੱਡੇ ਪੱਧਰ ਤੇ ਸਨਾਖਤਾ ਹੋ ਚੁੱਕੀਆਂ ਨੇ ਆਸਟ੍ਰੇਲੀਆ ਦੇ ਵਿੱਚ ਵੀ ਇਸ ਕੰਪਨੀ ਦੀਆਂ ਕੁਝ ਜਾਇਦਾਦਾਂ ਜਿਹੜੀਆਂ ਨੇ ਮਿਲ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਇਸ ਵਕਤ ਵੱਡੀ ਖਬਰ ਜਿਹੜੀ ਹੈ ਜੁੜਦੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਵੱਡਾ ਐਕਸ਼ਨ ਲੈਣ ਦੇ ਲਈ ਤਿਆਰ ਹੈ ਪਰਲ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ 10 ਕੁ ਸਾਲ ਪਹਿਲਾਂ ਇਸ ਕੰਪਨੀ ਦਾ ਬੜਾ ਜੋਰ ਸੀ ਬੜਾ ਬੋਲਬਾਲਾ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਡਾ ਖਿੱਤਾ ਜਿਹੜਾ ਮਾਲਵੇ ਦਾ ਹੈ ਮਾਲਵੇ ਖੇਤਰ ਨੇ ਸਭ ਤੋਂ ਵੱਡਾ ਅਪਡੇਟ ਜਿਹੜਾ ਇਹਦੇ ਵਿੱਚ ਲਿਆਂਦਾ ਏ ਕਿਉਂਕਿ ਪੈਸਾ ਇਨਵੈਸਟ ਕਰਨ ਦੇ ਵਿੱਚ ਮਾਲਵਾ ਖੇਤਰ ਸਭ ਤੋਂ ਅੱਗੇ ਰਿਹਾ ਮਾਲਵੇ ਨੇ ਵੱਧ ਚੜ ਕੇ ਪੈਸੇ ਲਾਏ ਤੇ ਉਸ ਤੋਂ ਬਾਅਦ ਪੈਸਾ ਜਿਹੜਾ ਪੂਰਾ ਪ੍ਰੋਪਰਲੀ ਡੁੱਬ ਚੁੱਕਿਆ ਸੀ ਤੁਹਾਨੂੰ ਦੱਸ ਦਈਏ ਪੈਸਾ ਡੁੱਬਣ ਤੋਂ ਬਾਅਦ ਲੋਕਾਂ ਦੀਆਂ ਆਸਾਂ ਤੇ ਵੀ ਪਾਣੀ ਫਿਰ ਗਿਆ ਸੀ ਵਿੱਚ ਬਹੁਤੇ ਪਰਿਵਾਰ ਅਜਿਹੇ ਸੀ ਜਿਨ੍ਹਾਂ ਨੇ ਪੂੰਜੀ ਇਕੱਠੀ ਕਰਕੇ ਆਪਣੀ ਖੂਨ ਪਸੀਨੇ ਦੀ ਕਮਾਈ ਇਕੱਠੀ ਕਰਕੇ ਪੰਜੀ ਪੰਜੀ ਇਕੱਠੀ ਕਰਕੇ ਇਹ ਪੂਰਾ ਜਿਹੜਾ ਕਿਸ਼ਤਾਂ ਭਰੀਆਂ ਪਰਲ ਦੇ ਵਿੱਚ ਪਰ ਕੰਪਨੀ ਜਿਹੜੀ ਸੀ ਪੈਸਾ ਲੈ ਕੇ ਦੌੜ ਚੁੱਕੀ ਸੀ ਜਿਸ ਤੇ ਉੱਪਰ ਭਗਵੰਤ ਮਾਨ ਸਰਕਾਰ ਐਕਸ਼ਨ ਲੈ ਰਹੇ ਨੇ ਕਿਉਂਕਿ ਚੋਣਾਂ ਦੇ ਵਿੱਚ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਉਸ ਵੇਲੇ ਮਾਨ ਨੇ ਵਾਅਦਾ ਕੀਤਾ ਸੀ ਕਿ ਜੇਕਰ ਸਰਕਾਰ ਬਣਦੀ ਹੈ ਤੇ ਤੁਹਾਡਾ ਪੈਸਾ ਵਾਪਸ ਕਰਵਾਇਆ ਜਾਵੇਗਾ ਤੇ ਭਗਵੰਤ ਮਾਨ ਹੁਣ ਉਸੇ ਹੀ ਰੋ ਵਿੱਚ ਨਜ਼ਰ ਆ ਰਹੇ ਨੇ ਲੋਕਾਂ ਨਾਲ ਕੀਤਾ ਹੋਇਆ ਵਾਦਾ ਤੇ ਲੋਕਾਂ ਦਾ ਪੈਸਾ ਵਾਪਸ ਕਰਵਾਉਣ ਦੇ ਲਈ ਭਗਵੰਤ ਮਾਨ ਵੱਡੇ ਪੱਧਰ ਤੇ ਕਾਰਜ ਕਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪਰਲ ਕੰਪਨੀ ਦੀਆਂ ਵੱਡੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਦੇ ਉੱਪਰ ਐਕਸ਼ਨ ਲੈਣ ਦੇ ਲਈ ਤਿਆਰ ਬੈਠੇ ਨੇ ਉਹਦੀਆਂ ਪੂਰੀਆਂ ਜਿਹੜੀਆਂ ਜਾਇਦਾਦਾਂ ਨੇ ਪਰਲ ਦੀਆਂ ਉਹਨੂੰ ਵੰਡਿਆ ਜਾਣਾ ਕਿਵੇਂ ਕੀਤਾ ਜਾਣਾ ਹੈ ਪੰਜਾਬ ਵਿੱਚ ਸਭ ਤੋਂ ਵੱਧ ਮਾਲਵਾ ਖੇਤਾ ਪਰਲ ਗਰੁੱਪ ਦੀ ਮਾਰ ਹੇਠ ਆਇਆ ਹੈ ਕੁਝ ਪੀੜਤਾਂ ਸਦਮਾ ਨਾਲ ਸਹਾਰਦੇ ਹੋਏ ਮੌਤ ਦੇ ਮੂੰਹ ਵਿੱਚ ਵੀ ਜਾ ਚੁੱਕੇ ਨੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਲ ਗਰੁੱਪ ਦੇ ਮਾਮਲੇ ਤੇ ਛਾਣ ਵਿਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਨੇ ਅਤੇ ਕਾਨੂੰਨੀ مشਵਰਾ ਲਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਚਾਹੁੰਦੇ ਨੇ ਕਿ ਕਿਸੇ ਢੰਗ ਤਰੀਕੇ ਨਾਲ ਪਰਲ ਗਰੁੱਪ ਦੀ ਪੰਜਾਬ ਵਿਚਲੀ ਸੰਪਤੀ ਆਪਣੀ ਨਿਗਰਾਨੀ ਹੇਠ ਸਰਕਾਰ ਨਿਲਾਮ ਕਰੇ ਜਿਸ ਤੋਂ ਨਿਕਲਿਆ ਹੋਇਆ ਪੈਸਾ ਤੇ ਉਹ ਪੂਰਾ ਮਿਲਣ ਵਾਲਾ ਜਿਹੜਾ ਪੈਸਾ ਹੋਵੇਗਾ ਨਿਵੇਸ਼ਕਾਂ ਨੂੰ ਵਾਪਸ ਕੀਤਾ ਜਾ ਸਕੇਗਾ ਉਂਝ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਸੀਬੀਆਈ ਕਰੀਬ 60 ਹਜ਼ਾਰ ਕਰੋੜ ਦੀ ਠੱਗੀ ਦਾ ਕੇਸ ਦਰਜ ਵੀ ਕਰ ਚੁੱਕੀ ਹੈ ਵੱਡਾ ਅਪਡੇਟ ਹੈ ਇਸ ਵੇਲੇ ਦਾ ਮਿਲਦਾ ਨਜ਼ਰ ਆ ਰਿਹਾ ਹੈ ਪਰਲ ਗਰੁੱਪ ਦਾ ਸੀਐਮਡੀ ਨਿਰਮਲ ਸਿੰਘ ਭੰਗੂ ਤਿਹਾਰ ਜੇਲ੍ਹ ਦੇ ਵਿੱਚ ਬੰਦ ਵੀ ਹੈ ਸੂਬੇ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਕੰਪਨੀ ਵੱਲੋਂ ਲੀਜ਼ ਤੇ ਦਿਖਾ ਕੇ ਖਹਿੜਾ ਛੁਡਵਾ ਲਿਆ ਗਿਆ ਪਰ ਬਹੁਤੀਆਂ ਦੀ ਸਨਾਖਤ ਸਰਕਾਰ ਕਰ ਚੁੱਕੀ ਹੈ ਭਗਵੰਤ ਮਾਨ ਵੱਡੇ ਪੱਧਰ ਤੇ ਕੰਮ ਕਰ ਰਹੇ ਨੇ ਪਰਲ ਦੇ ਉੱਪਰ ਜਿੱਥੇ ਕਿ ਸ਼ਨਾਖਤਾਂ ਲਗਾਤਾਰ ਹੋ ਰਹੀਆਂ ਨੇ ਤੁਹਾਨੂੰ ਦੱਸ ਦਈਏ ਕੰਪਨੀਆਂ ਦੇ 2 ਦਰਜਨ ਦੇ ਕਰੀਬ ਅਹੁਦੇਦਾਰਾਂ ਅਤੇ ਕਾਰੋਬਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਪਰਲ ਗਰੁੱਪ ਵੱਲੋਂ ਨਿਵੇਸ਼ਕਾਂ ਨੂੰ ਸੌਖੇ ਤਰੀਕੇ ਨਾਲ ਪੈਸਾ ਕਮਾਉਣ ਦਾ ਝਾਂਸਾ ਦਿੱਤਾ ਜਾਂਦਾ ਸੀ ਪੰਜਾਬ ਵਿੱਚ ਇਸ ਗਰੁੱਪ ਨੇ ਕਰੀਬ 30000 ਪਾਲਸੀਆਂ ਜਾਰੀ ਕੀਤੀਆਂ ਜਿਨ੍ਹਾਂ ਨਾਲ ਲੋਕਾਂ ਦਾ ਕਰੀਬ 10000 ਕਰੋੜ ਦਾ ਵਿੱਤੀ ਨੁਕਸਾਨ ਵੀ ਹੋਇਆ ਹੈ ਦੱਸਦੇ ਨੇ ਕਿ ਸੂਬੇ ਵਿੱਚ ਇਸ ਗਰੁੱਪ ਦੀ 10000 ਏਕੜ ਜ਼ਮੀਨ ਦੀ ਸ਼ਨਾਖਤ ਵੀ ਕੀਤੀ ਜਾ ਚੁੱਕੀ ਹੈ ਜਿਸ ਤੋਂ 35 3500 3500 ਏਕੜ ਇਕੱਲੀ ਲੁਧਿਆਣੇ ਦੇ ਵਿੱਚ ਸਥਿਤ ਹੈ ਸਮੁੱਚੇ ਦੇਸ਼ ਵਿੱਚ ਪਰਲ ਗਰੁੱਪ ਦੀਆਂ 1.85 ਲੱਖ ਕਰੋੜ ਦੀਆਂ ਜਾਇਦਾਦਾਂ ਦੀ شناخت ਵੀ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਵੱਡੀਆਂ ਜਾਇਦਾਦਾਂ ਜਿਹੜੀਆਂ ਨੇ ਪਰਲ ਦੀਆਂ ਜਿਨ੍ਹਾਂ ਦੇ ਉੱਪਰ ਸਰਕਾਰ ਕੰਮ ਕਰਦੀ ਨਜ਼ਰ ਆ ਰਹੀ ਹੈ ਪਰਲ ਦੀਆਂ ਜਾਇਦਾਦਾਂ ਜਿਹੜੀਆਂ ਨੇ ਵੇਚ ਵੱਟ ਕੇ ਉਸ ਤੋਂ ਬਾਅਦ ਉਹਨਾਂ ਨੂੰ ਪੈਸਾ ਜਿਹੜਾ ਨਿਲਾਮ ਕੀਤਾ ਜਾਏਗਾ ਤੇ ਪੈਸਾ ਨਿਵੇਸ਼ਕਾਂ ਦੇ ਵਿੱਚ ਵੰਡਿਆ ਜਾ ਸਕਦਾ ਏ ਤੇ ਵੱਡੀ ਅਪਡੇਟ ਇਸ ਵੇਲੇ ਦੀ ਮਿਲਦੀ ਨਜ਼ਰ ਆ ਰਹੀ ਹੈ ਮੁੱਖ ਮੰਤਰੀ ਮਾਨ ਵੱਲੋਂ ਸ਼ੁਰੂ ਤੋਂ ਹੀ ਚੀਟ ਫੰਡ ਕੰਪਨੀਆਂ ਦੇ ਵਿਰੋਧ ਵਿੱਚ ਰਹੇ ਨੇ ਸੰਸਦ ਦੇ ਵਿੱਚ ਵੀ ਮਾਮਲਾ ਜਿਹੜਾ ਪਰਲ ਦਾ ਗੂੰਜਿਆ ਸੀ ਪਰ ਕੁਝ ਅਧੁਨਿਕ ਕਾਰਨਾ ਕਰਕੇ ਮਾਮਲਾ ਰੁਕ ਚੁੱਕਿਆ ਸੀ ਪੀੜਤਾਂ ਦੀ ਜਥੇਬੰਦੀ ਇਨਸਾਫ ਦੀ ਆਵਾਜ਼ ਦੇ ਪ੍ਰਧਾਨ ਮਹਿੰਦਰ ਪਾਲ ਜਿਹੜੇ ਮਹਿੰਦਰਪਾਲ ਸਿੰਘ ਦਾਨਗੜ ਨੇ ਕਿਹਾ ਕਿ ਆਪ ਸਰਕਾਰ ਕੋਈ ਪਹਿਲ ਕਰਦੀ ਹੈ ਇਸ ਨਾਲ ਨਿਵੇਸ਼ਕਾਂ ਨੂੰ ਵੱਡੀ ਰਾਹਤ ਮਿਲੇਗੀ ਉਹਨਾਂ ਨੇ ਸਰਕਾਰ ਬਾਰੇ ਕਿਹਾ ਕਿ ਇਸ ਬਾਰੇ ਵਿਧਾਨ ਸਭਾ ਦੇ ਵਿੱਚ ਬਿੱਲ ਲਿਆ ਕੇ ਪਰਲ ਗਰੁੱਪ ਦੀਆਂ ਸੰਪਤੀਆਂ ਆਪਣੇ ਕਬਜ਼ੇ ਵਿੱਚ ਲੈ ਸਕਦੀ ਹੈ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ੁਰੂ ਤੋਂ ਹੀ ਚਿੱਟਖੰਬਣੀਆਂ ਦੇ ਖਿਲਾਫ ਰਹੇ ਨੇ ਕਾਨੂੰਨੀ ਅੜਿੱਕਾ ਨਾ ਪਿਆ ਤਾਂ ਆਪ ਸਰਕਾਰ ਦੀ ਇਸ ਕੋਸ਼ਿਸ਼ ਨੂੰ ਬੂਰ ਵੀ ਪੈ ਸਕਦਾ ਹੈ ਤੇ ਵੱਡੀ ਇਸ ਵੇਲੇ ਖਬਰ ਜਿਹੜੀ ਜੁੜਦੀ ਨਜ਼ਰ ਆ ਰਹੀ ਹੈ ਉਹਨਾਂ ਦੀਆਂ ਸੰਪਤੀਆਂ ਪਰਲ ਗਰੁੱਪ ਦੀਆਂ ਜਿੰਨੀਆਂ ਵੀ ਸੰਪਤੀਆਂ ਨੇ ਉਹਨਾਂ ਨੂੰ ਵੇਚ ਕੇ ਜਿਨ੍ਹਾਂ ਨੇ ਪੈਸਾ ਲਾਇਆ ਸੀ ਉਹਨਾਂ ਨਿਵੇਸ਼ਕਾਂ ਦਾ ਮੂਲ ਪੈਸਾ ਵਾਪਸ ਕਰਨਾ ਸਰਕਾਰ ਖੁਦ ਕਰੇਗੀ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ 2 ਜਨਵਰੀ 2018 ਨੂੰ ਨਵੇਸ਼ਕਾਂ ਨੂੰ ਸੱਦਾ ਦਿੱਤਾ ਸੀ ਜਿਸ ਮਗਰੋਂ ਕਰੀਬ ਕਲੇਮ ਦੀਆਂ ਡੇਢ ਕਰੋੜ ਦਰਖਾਸਤਾਂ ਪ੍ਰਾਪਤ ਹੋਈਆਂ ਸੀ 878 ਕਰੋੜ ਦੀ ਸੰਪਤੀ ਨਿਲਾਮ ਕਰਨ ਦੀ ਪਲਾਨਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਜਿਸ ਤੇ ਉੱਪਰ ਮਾਨ ਸਰਕਾਰ ਲਗਾਤਾਰ ਕੰਮ ਕਰਦੀ ਨਜ਼ਰ ਆ ਰਹੀ ਹੈ ਵੱਡੇ ਪੱਧਰ ਤੇ ਜਾਣਕਾਰੀ ਮਿਲ ਚੁੱਕੀ ਹੈ ਕੀ ਭਗਵੰਤ ਮਾਨ ਹੁਣ ਪਰਲ ਗਰੁੱਪ ਦੇ ਮਗਰ ਪੈ ਚੁੱਕੇ ਨੇ ਤੁਹਾਨੂੰ ਦੱਸ ਦਈਏ ਵੱਡੇ ਪੱਦਰ ਤੇ ਕੰਮ ਜਿਹੜੇ ਨੇ ਹੁੰਦੇ ਨਜ਼ਰ ਆ ਰਹੇ ਨੇ ਸੋ ਮਿਲਦਿਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ